ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਅਰਸ਼ਦੀਪ। ਵੈਲ, ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਪੋਲਿਟੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ। ਅੱਜ ਆਪਾਂ ਗੱਲ ਕਰ ਰਹੇ ਜੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਬਾਰੇ। ਆਪਣੇ ਦੇਸ਼ ਦਾ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ, ਉਹਦੇ ਵਿੱਚ ਇਹਨਾਂ ਕਮੇਟੀਜ਼ ਦਾ ਕੰਮ ਕੀ ਹੈ, ਇਹਨਾਂ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਹੈ, ਤੇ ਇਹਨਾਂ ਕਮੇਟੀਜ਼ ਦੇ ਵਿੱਚ ਇਹੋ ਜਿਹੇ ਕਿਹੜੇ ਸੁਧਾਰ ਕਰੇ ਜਾ ਸਕਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਜਿਹੜੀ ਫੰਕਸ਼ਨਿੰਗ ਹੈ ਉਹਨੂੰ ਹੋਰ ਵੀ ਜ਼ਿਆਦਾ ਇਫੈਕਟਿਵ ਕਰਿਆ ਜਾ ਸਕੇ। ਇਹ ਸਾਰਾ ਕੁਝ ਅੱਜ ਆਪਾਂ ਡਿਟੇਲ ਦੇ ਵਿੱਚ ਐਨਾਲਾਈਜ਼ ਕਰਨਾ ਹੈ। ਬਟ ਪਹਿਲਾਂ ਆਪਾਂ ਦੇਖਦੇ ਹਾਂ ਨਿਊਜ਼ ਕੀ ਹੈ। ਦੇਖੋ, 17ਵੀਂ ਲੋਕ ਸਭਾ ਦਾ ਜਿਹੜਾ ਇਸ ਵਾਰ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ, ਇਹ ਹੈਗਾ ਜੀ ਮੌਨਸੂਨ ਸੈਸ਼ਨ। ਤੇ ਇਸ ਮੌਨਸੂਨ ਸੈਸ਼ਨ ਦੇ ਵਿੱਚ ਟੋਟਲ 22 ਬਿੱਲ ਇੰਟਰੋਡਿਊਸ ਕਰੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 11 ਬਿੱਲ ਪਾਸ ਹੋ ਚੁੱਕੇ ਨੇ। ਕਈ ਸਾਲਾਂ ਦੇ ਬਾਅਦ ਪਾਰਲੀਮੈਂਟ ਦੇ ਵਿੱਚ ਇਹੋ ਜਿਹਾ ਕੋਈ ਸੈਸ਼ਨ ਆਇਆ ਜਿਹੜਾ ਕਿ ਇੰਨਾ ਜ਼ਿਆਦਾ ਪ੍ਰੋਡਕਟਿਵ ਰਿਹਾ ਹੋਵੇ, ਮਤਲਬ ਇੰਨੇ ਜ਼ਿਆਦਾ ਬਿੱਲ ਪਾਸ ਹੋਏ ਹੋਣ। ਹੁਣ ਇੱਥੇ ਤੁਸੀਂ ਇਹਨਾਂ ਦਾ ਇੱਕ ਟੈਲੈਂਟ ਦੇਖੋ, ਇਹਨਾਂ ਨੇ ਕੀ ਕਰਿਆ, ਜਿਹੜੇ ਇਹ 11 ਬਿੱਲ ਇਹਨਾਂ ਨੇ ਪਾਸ ਕਰਾਏ ਨੇ, ਇਹਨਾਂ ਨੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਨੇ ਜਿਹੜੀਆਂ, ਇਹਨਾਂ ਦੀ ਸਕਰੂਟਨੀ ਤੋਂ ਬਿਨਾਂ ਹੀ ਪਾਸ ਕਰਾ ਲਏ। ਹੁਣ ਦੇਖਦਾ ਇਸ਼ੂ ਕੀ ਹੈ। ਦੇਖੋ, ਜਦੋਂ ਦੀ 17ਵੀਂ ਲੋਕ ਸਭਾ ਚੁਣੀ ਗਿਆ, ਉਹ ਤੋਂ ਬਾਅਦ ਹੁਣ ਤੱਕ ਜਿਹੜੀਆਂ ਇਹ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਨੇ, ਇਹ ਉਦੋਂ ਦੀਆਂ ਕੰਸਟੀਟਿਊਟ ਕੀਤੀਆਂ ਹੀ ਨਹੀਂ ਗਈਆਂ। ਹੁਣ ਕਮੇਟੀ ਹੀ ਨਹੀਂ ਜਦ ਕੰਸਟੀਟਿਊਟ ਕੀਤੀ ਗਈ ਤਾਂ ਇਹਨਾਂ ਕੋਲ ਬਿੱਲ ਜਾਊਗਾ ਕਿਵੇਂ? ਠੀਕ ਹੈ, ਤਾਂ ਉਹ ਹਾਲੇ ਤੱਕ ਇਹ ਸਲਾਹ ਹੀ ਕਰਦੇ ਨੇ, ਠੀਕ ਹੈ, ਦੂਜੇ ਪਾਰਟੀ ਮੈਂਬਰ ਨਾਲ। ਬਟ ਹਾਲੇ ਤੱਕ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਨੂੰ ਕੰਸਟੀਟਿਊਟ ਨਹੀਂ ਕੀਤਾ ਗਿਆ, ਤੇ ਪਾਰਲੀਮੈਂਟ ਦੇ ਜਿਹੜੇ ਮੈਂਬਰ ਨੇ ਉਹ ਵੀ 4 ਤੋਂ ਲੈ ਕੇ 5 ਘੰਟੇ ਦੇ ਵਿੱਚ ਮਤਲਬ ਡਿਸਕਸ਼ਨ ਕਰਕੇ ਬਿੱਲ ਨੂੰ ਪਾਸ ਕਰਾਈ ਜਾ ਰਹੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵਾਈ ਹੈ ਪਾਰਲੀਮੈਂਟਰੀ ਕਮੇਟੀਜ਼, ਇਹਨਾਂ ਦੀ ਕਿਉਂ ਲੋੜ ਹੈ ਆਪਾਂ ਨੂੰ। ਠੀਕ, ਆਪਾਂ ਇਕੱਲਾ ਇਕੱਲਾ ਪੁਆਇੰਟ ਨੂੰ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਪੁਆਇੰਟ ਇਹ ਹੈ, ਪਾਰਲੀਮੈਂਟ ਇਜ਼ ਦਾ ਐਂਬੋਡੀਮੈਂਟ ਆਫ ਪੀਪਲਸ ਵਿਲ, ਕਮੇਟੀਜ਼ ਆਰ ਐਨ ਇੰਸਟਰੂਮੈਂਟ ਆਫ ਪਾਰਲੀਮੈਂਟ ਫੋਰ ਇਟਸ ਓਨ ਇਫੈਕਟਿਵ ਫੰਕਸ਼ਨਿੰਗ। ਦੇਖੋ, ਗੱਲ ਫਰਜ਼ ਕਰੋ, ਹੁਣ ਕੋਈ ਕਮੇਟੀ ਹੈ ਪਾਰਲੀਮੈਂਟ ਦੀ, ਹੁਣ ਉਹਦੇ ਵਿੱਚ ਪਹਿਲੀ ਗੱਲ ਇਹ ਜ਼ਰੂਰੀ ਨਹੀਂ ਹੈਗਾ ਵੀ ਪਾਰਲੀਮੈਂਟ ਦੇ ਜਿਹੜਾ ਹਾਊਸਿਸ ਹੋਣਗੇ ਸਿਰਫ ਉਹਦੇ ਮੈਂਬਰ ਹੀ ਹੋਣਗੇ ਇਸ ਕਮੇਟੀ ਦੇ ਮੈਂਬਰ, ਜ਼ਰੂਰੀ ਨਹੀਂ ਹੈਗਾ ਇਹ। ਪਾਰਲੀਮੈਂਟ ਦੇ ਬਾਹਰੋਂ ਵੀ ਐਕਸਪਰਟਸ ਬੁਲਾਏ ਜਾ ਸਕਦੇ ਨੇ ਇਸ ਕਮੇਟੀ ਦੇ ਵਿੱਚ ਐਜ਼ ਏ ਮੈਂਬਰ, ਠੀਕ ਹੈ, ਤੇ ਉਹ ਮੈਂਬਰ ਨੂੰ ਮਤਲਬ ਉਸ ਫੀਲਡ ਦੇ ਵਿੱਚ ਨੌਲੇਜ ਹੁੰਦੀ ਹੈ ਜਿਹਦੇ ਰਿਗਾਰਡਿੰਗ ਕੋਈ ਬਿੱਲ ਪਾਸ ਕਰਾਉਣਾ ਹੋਵੇ, ਤੇ ਇਹ ਜਿਹੜੇ ਕਮੇਟੀਜ਼ ਹੁੰਦੀਆਂ ਨੇ ਇਹ ਉਸ ਬਿੱਲ ਨੂੰ ਉਸ ਮੈਟਰ ਨੂੰ ਡਿਟੇਲ ਦੇ ਵਿੱਚ ਐਨਾਲਾਈਜ਼ ਕਰਦੀਆਂ ਨੇ ਤੇ ਆਪਣੇ ਵਿਊ ਪੁਆਇੰਟ ਰੱਖਦੀਆਂ ਨੇ, ਠੀਕ ਹੈ, ਤੇ ਇਹ ਕਮੇਟੀਜ਼ ਪਾਰਲੀਮੈਂਟ ਦੀ ਜਿਹੜੀ ਇਫੈਕਟਿਵ ਫੰਕਸ਼ਨਿੰਗ ਹੈ, ਜਿਹੜੀ ਪਾਰਲੀਮੈਂਟ ਦੀ ਆਪਦੀ ਫੰਕਸ਼ਨਿੰਗ ਹੈ, ਉਹਨੂੰ ਇਹ ਕਾਫੀ ਜ਼ਿਆਦਾ ਇਫੈਕਟਿਵ ਬਣਾਉਂਦੀਆਂ ਨੇ, ਉਹਦੇ ਵਿੱਚ ਕਾਫੀ ਜ਼ਿਆਦਾ ਇਹ ਯੋਗਦਾਨ ਪਾਉਂਦੀਆਂ ਨੇ। ਤੇ ਜਿਹੜੀਆਂ ਇਹ ਕਮੇਟੀਜ਼ ਨੇ ਇਹ ਇੱਕ ਪਲੇਟਫਾਰਮ ਨੇ ਡਿਸਕਸ਼ਨ ਦੇ ਲਈ, ਠੀਕ ਹੈ, ਕੋਈ ਬਿੱਲ ਕੋਈ ਪ੍ਰਪੋਜ਼ ਲਾਅ ਪੇਸ਼ ਹੋਇਆ ਵਾ, ਠੀਕ ਹੈ, ਉਹਦੇ ਲਈ ਮਤਲਬ ਇਹ ਇੱਕ ਪਲੇਟਫਾਰਮ ਨੇ, ਇੱਕ ਤਰ੍ਹਾਂ ਦਾ ਡਿਸਕਸ਼ਨ ਕਰਦੀਆਂ ਨੇ ਉਹਦੇ ਉੱਪਰ ਵੀ, ਤਾਂ ਕਿ ਉਹ ਬਿੱਲ ਦੇ ਉੱਪਰ ਕੋਈ ਵੀ ਮਤਲਬ ਕਮੀ ਨਾ ਰਹੇ, ਵੀ ਮਤਲਬ ਉਹਦੇ ਸਾਰੇ ਪੋਜ਼ਿਟਿਵ ਪੁਆਇੰਟਸ, ਉਹਦੇ ਨੈਗੇਟਿਵ ਪੁਆਇੰਟਸ, ਉਹਦੇ ਲੌਂਗ ਟਰਮ ਓਬਜੈਕਟਿਵ, ਉਹ ਸਾਰਾ ਕੁਝ ਡਿਟੇਲ ਦੇ ਵਿੱਚ ਸਕਰੂਟਨਾਈਜ਼ ਕਰਦੇ ਨੇ ਇਹ ਪਾਰਲੀਮੈਂਟਰੀ ਕਮੇਟੀਜ਼। ਹੁਣ ਪਾਰਲੀਮੈਂਟਰੀ ਕਮੇਟੀਜ਼ ਦੀ ਜਿਹੜੀ ਮੀਟਿੰਗਸ ਹੁੰਦੀਆਂ ਨੇ ਇਹ ਕਲੋਜ਼ਡ ਡੋਰ ਹੁੰਦੀਆਂ, ਠੀਕ ਹੈ। ਇੱਥੋਂ ਪਹਿਲਾਂ ਆਪਾਂ ਗੱਲ ਸਮਝਦੇ ਹਾਂ। ਦੇਖੋ, ਪਾਰਲੀਮੈਂਟ ਦੇ ਵਿੱਚ ਫਰਜ਼ ਕਰੋ ਕੋਈ ਬਿੱਲ ਪਾਸ ਕਰਾਉਣਾ ਹੈ, ਹੁਣ ਆਪਾਂ ਬੀਜੇਪੀ ਦੀ ਗੱਲ ਕਰਦੇ ਹਾਂ, ਬੀਜੇਪੀ ਚਾਹੁੰਦੀ ਹੈ ਵੀ ਕੋਈ ਬਿੱਲ ਉਹਨਾਂ ਦੇ ਲਈ ਪਾਸ ਕਰਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਠੀਕ ਹੈ, ਕੋਈ ਵੀ ਰੀਜ਼ਨ ਲਾ ਲਓ, ਠੀਕ ਹੈ, ਆਪਾਂ ਰੀਜ਼ਨ ਦੇ ਵੱਲ ਨਹੀਂ ਜਾਂਦੇ, ਆਪਾਂ ਬਸ ਇਹ ਦੇਖਦੇ ਹਾਂ ਵੀ ਬੀਜੇਪੀ ਚਾਹੁੰਦੀ ਹੈ ਵੀ ਆਹ ਬਿੱਲ ਪਾਸ ਹੋਣਾ ਚਾਹੀਦਾ, ਤੇ ਬੀਜੇਪੀ ਉਹ ਬਿੱਲ ਨੂੰ ਪਾਸ ਕਰਾਉਣ ਦੇ ਲਈ ਕੀ ਕਰੂਗੀ, ਉਹ ਕਰੂਗੀ ਵਿਪ ਜਾਰੀ, ਠੀਕ ਹੈ। ਵਿਪ ਵਾਰ ਦਾ ਮੈਂ ਤੁਹਾਨੂੰ ਪਿਛਲੇ ਕਈ ਲੈਕਚਰ ਦੇ ਵਿੱਚ ਪੜ੍ਹਾ ਚੁੱਕਿਆ, ਵਿਪ ਉਹ ਚੀਜ਼ ਹੁੰਦੀ ਹੈ, ਪੋਲੀਟੀਕਲ ਪਾਰਟੀ ਇੱਕ ਵਿਪ ਇਸ਼ੂ ਕਰ ਦਿੰਦੀ, ਠੀਕ ਹੈ, ਕਿਸੇ ਮੈਟਰ ਦੇ ਉੱਪਰ ਜਦੋਂ ਵੋਟਿੰਗ ਹੋਣੀ ਹੋਵੇ ਤਾਂ ਉਦੋਂ ਵਿਪ ਜਿਹੜੀ ਡਾਇਰੈਕਸ਼ਨ ਦੇਊਗੀ ਵੀ ਤੁਸੀਂ ਜਿਹੜੇ ਪਾਰਟੀ ਦੇ ਸਾਰੇ ਮੈਂਬਰ ਨੇ ਉਹਨਾਂ ਨੇ ਉਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਣੀ ਹੈ ਜਾਂ ਉਹਦੇ ਅਗੇਂਸਟ ਤੇ ਵੋਟ ਪਾਉਣੀ ਹੈ, ਉਹ ਸਾਰਾ ਕੁਝ ਉਹਨਾਂ ਨੂੰ ਵਿਪ ਦੇ ਅਕੋਰਡਿੰਗ, ਜਿਹੜੇ ਪਾਰਲੀਮੈਂਟ ਦੇ ਜਿਹੜੇ ਉਸ ਪੋਲੀਟੀਕਲ ਪਾਰਟੀ ਦੇ ਮੈਂਬਰ ਹੋਣਗੇ ਉਹਨਾਂ ਨੂੰ ਵਿਪ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ, ਠੀਕ ਹੈ, ਮਤਲਬ ਉਹ ਵਿਪ ਤੋਂ ਉਲਟ ਨਹੀਂ ਜਾ ਸਕਦੇ। ਹੁਣ ਫਰਜ਼ ਕਰੋ ਬੀਜੇਪੀ ਦੇ 2, 4, 5, 7 ਜਾਂ 10 ਮੈਂਬਰ ਨੇਗੇ, ਉਹ ਨਹੀਂ ਚਾਹੁੰਦੇ ਉਸ ਬਿੱਲ ਦੇ ਹੱਕ ਵਿੱਚ ਨਹੀਂ ਹੈਗੇ, ਉਹ ਨਹੀਂ ਚਾਹੁੰਦੇ ਵੀ ਉਹ ਬਿੱਲ ਪਾਸ ਹੋਵੇ, ਤੇ ਉਹ ਬਟ ਕੀ ਉਹ ਉਸ ਬਿੱਲ ਦੇ ਅਗੇਂਸਟ ਵੋਟ ਪਾ ਸਕਦੇ ਨੇ? ਬਿਲਕੁਲ ਨਹੀਂ। ਜੋ ਵਿਪ ਉਹਨਾਂ ਨੂੰ ਡਾਇਰੈਕਸ਼ਨ ਦੇਊਗੀ ਉਹਨਾਂ ਨੂੰ ਉਸ ਡਾਇਰੈਕਸ਼ਨ ਦੇ ਅਕੋਰਡਿੰਗ ਹੀ ਚੱਲਣਾ ਪਊਗਾ, ਮਤਲਬ ਜੇ ਉਹ ਉਸ ਵਿਪ ਦੀ ਡਾਇਰੈਕਸ਼ਨ ਦੇ ਉਲਟ ਚੱਲਦੇ ਨੇ, ਅਗੇਂਸਟ ਵੋਟਿੰਗ ਕਰਦੇ ਨੇ ਬਿੱਲ ਦੇ, ਤਾਂ ਉਹਨਾਂ ਨੂੰ ਐਂਟੀ ਡਿਫੈਕਸ਼ਨ ਲਾਅ ਦੇ ਅਕੋਰਡਿੰਗ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ। ਇੱਥੋਂ ਹੁਣ ਕੀ ਸਿੱਧ ਹੁੰਦਾ? ਇੱਥੋਂ ਇਹ ਸਿੱਧ ਹੁੰਦਾ ਵੀ ਜਿਹੜੇ ਪੋਲੀਟੀਕਲ ਪਾਰਟੀ ਦੇ ਕੋਈ ਮੈਂਬਰ ਨੇਗੇ, ਠੀਕ ਹੈ, ਪਾਰਲੀਮੈਂਟ ਦੇ ਵਿੱਚ ਚੁਣੇ ਗਏ ਨੇ, ਉਹਨਾਂ ਨੂੰ ਆਪਦੀ ਤਾਂ ਕੋਈ ਬੋਲਣ ਦੀ ਆਜ਼ਾਦੀ ਰਹੀ ਨਹੀਂ ਵੀ ਫਰਜ਼ ਕਰੋ ਉਹਨਾਂ ਨੂੰ ਸੱਚੇ ਕੋਈ ਬਿੱਲ ਇਹੋ ਜਿਹਾ ਹੋਣਾ ਜਿਹੜਾ ਬੀਜੇਪੀ ਧੱਕੇ ਨਾਲ ਪਾਸ ਕਰਾ ਰਹੀ ਹੋਵੇ, ਠੀਕ ਹੈ, ਤੇ ਉਹ ਜਿਹੜੇ ਉਹਦੇ ਮੈਂਬਰ ਹੋਣਗੇ ਉਹ ਨਹੀਂ ਚਾਹੁੰਦੇ ਵੀ ਇਹ ਬਿੱਲ ਪਾਸ ਹੋਵੇ, ਕਿ ਉਹ ਉਹਨਾਂ ਦੇ ਇਹ ਵਿਊ ਪੁਆਇੰਟ ਰੱਖਿਆ ਜਾ ਸਕਦਾ, ਉਹਨਾਂ ਦੀ ਮਤਲਬ ਵੋਟਿੰਗ ਕਰਾਈ ਅਗੇਂਸਟ ਕਰਾਈ ਜਾ ਸਕਦੇ? ਬਿਲਕੁਲ ਨਹੀਂ। ਸੋ ਇਹ ਉਹਨਾਂ ਦੇ ਨਾਲ ਇੱਕ ਤਰ੍ਹਾਂ ਦੀ ਇਹ ਉਹਨਾਂ ਦੀ ਜਿਹੜੀ ਫਰੀਡਮ ਹੈਗੀ ਉਹਦੇ ਉੱਪਰ ਇਹ ਹਮਲਾ, ਠੀਕ ਹੈ, ਸੋ ਉਹਨਾਂ ਨੂੰ ਇਹ ਇੱਕ ਤਰ੍ਹਾਂ ਦੀ ਇਹ ਲੂਪ ਹੋਲ ਹੈਗਾ, ਠੀਕ ਹੈ। ਬਟ ਜਿਹੜੀਆਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਨੇ ਇਹਨਾਂ ਦੇ ਵਿੱਚ ਇਹੋ ਜਿਹਾ
ਰੱਖ ਸਕਦਾ ਠੀਕ ਹੈ ਸੋ ਇਹ ਇਹਨਾਂ ਦਾ ਫਾਇਦਾ ਪਾਰਲੀਮੈਂਟਰੀ ਕਮੇਟੀਜ਼ ਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੇਖੋ ਪਾਰਲੀਮੈਂਟ ਦਾ ਕੋਈ ਮੈਂਬਰ ਹੈ ਕੋਈ ਸੰਸਦ ਹੈਗਾ ਠੀਕ ਹੈ ਉਹ ਚਾਹੇ ਕਿੱਡਾ ਮਰਜ਼ੀ ਐਕਸਪਰਟ ਹੋਵੇ ਲੱਖ ਵਧੀਆ ਹੋਵੇ ਬਟ ਉਹਨੂੰ ਉਹਨਾਂ ਨੂੰ ਆਪਣੀ ਹੈਲਪ ਦੇ ਲਈ ਠੀਕ ਹੈ ਮਤਲਬ ਇਹਨਾਂ ਕਮੇਟੀ ਦੀ ਅਸਿਸਟੈਂਸ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਕਿਉਂਕਿ ਇਹਨਾਂ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਠੀਕ ਹੈ ਉਹ ਕਾਫੀ ਮਤਲਬ ਇਹ ਕਮੇਟੀ ਸੀ ਉਸ ਬਿੱਲ ਨੂੰ ਠੀਕ ਹੈ ਉਸ ਮੈਟਰ ਨੂੰ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਡਿਸਕਸ ਕਰਦੇ ਨੇ ਤੇ ਪਾਰਲੀਮੈਂਟੇਰੀਅਨਸ ਹੁੰਦੇ ਨੇ ਉਹਨਾਂ ਨੂੰ ਇਹਨਾਂ ਦੀ ਅਸਿਸਟੈਂਸ ਦੀ ਲੋੜ ਪੈਂਦੀ ਹੀ ਪੈਂਦੀ ਹੈ ਤਾਂ ਕਿ ਜਿਹੜੇ ਲਾਅ ਮੇਕਿੰਗ ਹੈ ਉਹਨੂੰ ਹੋਰ ਵੀ ਜ਼ਿਆਦਾ ਇਫੈਕਟਿਵ ਬਣਾਇਆ ਜਾ ਸਕੇ ਉਸ ਤੋਂ ਇਲਾਵਾ ਜਿਹੜੇ ਪਾਰਲੀਮੈਂਟੇਰੀਅਨ ਹੋ ਗਏ ਉਹਨਾਂ ਨੂੰ ਐਗਜ਼ੀਕਿਊਟਿਵ ਦਾ ਪ੍ਰੋਸੈਸ ਹੁੰਦਾ ਉਹ ਕਲੋਜ਼ਲੀ ਸਮਝ ਆਉਂਦਾ ਦੇਖੋ ਹੁਣ ਦੇਖੋ ਬਿੱਲ ਕੋਈ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਹੁੰਦਾ ਉਹ ਬਿੱਲ ਨੂੰ ਪਾਸ ਕਰਾਉਣਾ ਠੀਕ ਹੈ ਉਹ ਬਿੱਲ ਨੂੰ ਪੇਸ਼ ਕਰਨਾ ਉਹ ਤਾਂ ਹੋ ਗਈ ਲੈਜਿਸਲੇਸ਼ਨ ਹੁਣ ਉਹ ਬਿੱਲ ਨੂੰ ਲਾਗੂ ਕਰਾਉਣਾ ਉਹ ਕੀ ਹੁੰਦਾ ਉਹ ਹੁੰਦਾ ਜੀ ਐਗਜ਼ੀਕਿਊਸ਼ਨ ਠੀਕ ਹੈ ਕਿਸੇ ਬਿੱਲ ਨੂੰ ਲਾਗੂ ਕਰਾਉਣਾ ਉਹ ਹੁੰਦਾ ਜੀ ਐਗਜ਼ੀਕਿਊਸ਼ਨ ਠੀਕ ਹੈ ਤੇ ਉਹ ਐਗਜ਼ੀਕਿਊਟਿਵ ਪ੍ਰੋਸੈਸ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਸਮਝ ਆਉਂਦਾ ਵੀ ਬਿੱਲ ਨੂੰ ਲਾਗੂ ਕਿਵੇਂ ਕਰਵਾਉਣਾ ਠੀਕ ਹੈ ਸੋ ਇਹ ਕਾਰਨ ਨੇ ਵੀ ਪਾਰਲੀਮੈਂਟਰੀ ਕਮੇਟੀਜ਼ ਕਿਉਂ ਚਾਹੀਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਪਾਰਲੀਮੈਂਟਰੀ ਕਮੇਟੀਜ਼ ਤਾਂ ਇਹ ਟਾਈਪਸ ਨੇ ਗੀਆਂ ਪਾਰਲੀਮੈਂਟਰੀ ਕਮੇਟੀਜ਼ ਦੀਆਂ ਸਭ ਤੋਂ ਪਹਿਲਾਂ ਆ ਗਿਆ ਫਾਈਨੈਂਸ਼ੀਅਲ ਕਮੇਟੀਜ਼ ਠੀਕ ਹੈ ਇਹ ਦੀਆਂ ਐਗਜ਼ਾਮਪਲ ਹੋ ਗਿਆ ਪੈਕ ਪਬਲਿਕ ਅਕਾਊਂਟਸ ਕਮੇਟੀ ਉਸ ਤੋਂ ਬਾਅਦ ਐਸਟੀਮੇਟਸ ਕਮੇਟੀ ਹੋ ਗਈ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਹੋ ਠੀਕ ਹੈ ਇਹ ਫਾਈਨੈਂਸ਼ੀਅਲ ਕਮੇਟੀਜ਼ ਨੇ ਉਸ ਤੋਂ ਬਾਅਦ ਆ ਗਿਆ ਸਟੈਂਡਿੰਗ ਕਮੇਟੀ ਠੀਕ ਹੈ ਉਸ ਇਹਦੀ ਐਗਜ਼ਾਮਪਲ ਦੇਖ ਲਿਆ ਕਮੇਟੀਜ਼ ਔਨ ਰੇਲਵੇ ਕਮੇਟੀਜ਼ ਔਨ ਹੈਲਥ ਉਸ ਤੋਂ ਬਾਅਦ ਆ ਗਿਆ ਐਡਹੋਕ ਜਾਂ ਸਿਲੈਕਟ ਕਮੇਟੀਜ਼ ਇਹਦੀ ਐਗਜ਼ਾਮਪਲ ਦੇਖ ਲਓ ਸਿਲੈਕਟ ਕਮੇਟੀ ਔਨ GST ਤੇ ਇਸ ਤੋਂ ਬਾਅਦ ਆ ਗਿਆ ਐਡਮਿਨਿਸਟ੍ਰੇਟਿਵ ਕਮੇਟੀਜ਼ ਇਹਦੇ ਫੋਰ ਐਗਜ਼ਾਮਪਲ ਬਿਜ਼ਨਸ ਐਡਵਾਈਜ਼ਰੀ ਕਮੇਟੀ ਰੂਲਸ ਕਮੇਟੀ ਪ੍ਰਿਵਿਲੇਜ ਕਮੇਟੀ ਠੀਕ ਹੈ ਇਹ ਟਾਈਪਸ ਨੇ ਪਾਰਲੀਮੈਂਟਰੀ ਕਮੇਟੀਜ਼ ਦੀਆਂ ਹੁਣ ਆਪਾਂ ਗੱਲ ਕਰਦੇ ਹਾਂ ਸਟੈਂਡਿੰਗ ਕਮੇਟੀ ਕਿਹੜੀਆਂ ਹੁੰਦੇ ਨੇ ਦੇਖੋ ਜਿਹੜੇ ਸਟੈਂਡਿੰਗ ਕਮੇਟੀਜ਼ ਹੁੰਦੇ ਨੇ ਇਹ ਐਨੂਅਲ ਬੇਸਿਸ ਦੇ ਉੱਪਰ ਕੰਸਟੀਟਿਊਟ ਕਰੇ ਜਾਂਦੇ ਨੇ ਮਤਲਬ ਇਹਦਾ ਇਹ ਹੈ ਵੀ ਇਹਨਾਂ ਦੀ ਟਨੇਵਰ ਹੁੰਦੀ ਹੈ ਕਿ ਜਿਹੜੀ ਉਹ 1 ਸਾਲ ਹੁੰਦੀ ਹੈ ਤੇ 1 ਸਾਲ ਦੇ ਬਾਅਦ ਉਹਨਾਂ ਨੂੰ ਦੁਬਾਰਾ ਰੀਕੋਨਸਟੀਟਿਊਟ ਕਰਿਆ ਜਾਂਦਾ ਮਤਲਬ ਉਸ ਕਮੇਟੀ ਦੇ ਜਿਹੜੇ ਮੈਂਬਰ ਹੁੰਦੇ ਨੇਗੇ ਉਹ ਬਦਲੇ ਜਾਂਦੇ ਨੇ ਸਾਲ ਕੁ ਬਾਅਦ ਠੀਕ ਹੈ ਬਟ ਜਿਹੜੀ ਇਹ ਕਮੇਟੀਜ਼ ਹੁੰਦੇ ਨੇ ਇਹ ਅਨਇੰਟਰਪਟਡ ਕੰਮ ਕਰਦੇ ਨੇ ਮਤਲਬ ਇਹਨਾਂ ਨੂੰ ਡਿਸੋਲਵ ਨਹੀਂ ਕਰਿਆ ਜਾਂਦਾ ਠੀਕ ਹੈ ਜਿਹੜੀ ਸਟੈਂਡਿੰਗ ਕਮੇਟੀਜ਼ ਹੁੰਦੇ ਨੇ ਠੀਕ ਹੈ ਤੇ ਇਹ ਕਮੇਟੀਜ਼ ਹੀ ਮਤਲਬ ਇਹ ਡਿਸੋਲਵ ਨਹੀਂ ਹੁੰਦਾ ਤੇ ਇਹ ਹੀ ਜਿਹੜਾ ਬਿੱਲ ਹੁੰਦਾ ਠੀਕ ਹੈ ਉਹਨੂੰ ਡਿਟੇਲ ਦੇ ਵਿੱਚ ਮਤਲਬ ਡਿਸਕਸ ਕਰਦੇ ਨੇ ਠੀਕ ਹੈ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਇਹ ਕਈ ਤਰ੍ਹਾਂ ਦੇ ਕਮੇਟੀਜ਼ ਹੁੰਦੇ ਨੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਿਲੈਕਟ ਕਮੇਟੀ ਜਾਂ ਐਡਹੋਕ ਕਮੇਟੀ ਇਹ ਕਮੇਟੀਜ਼ ਪਹਿਲੀ ਗੱਲ ਇਹ ਕਦੇ ਵੀ ਮਤਲਬ ਪਰਮਾਨੈਂਟ ਨਹੀਂ ਹੁੰਦੀਆਂ ਜਿਵੇਂ ਸਟੈਂਡਿੰਗ ਕਮੇਟੀਜ਼ ਹੁੰਦੇ ਨੇ ਉਹ ਤਾਂ ਪਰਮਾਨੈਂਟ ਹੁੰਦੇ ਨੇ ਬਟ ਇਹ ਪਰਮਾਨੈਂਟ ਨਹੀਂ ਹੁੰਦੀਆਂ ਇਹ ਸਿਰਫ ਕੋਈ ਸਪੈਸੀਫਿਕ ਪਰਪਸ ਹੈਗਾ ਕੋਈ ਮੌਕੇ ਤੇ ਕੋਈ ਇਸ਼ੂ ਆ ਗਿਆ ਉਹਦੇ ਲਈ ਹੀ ਇਹ ਕਮੇਟੀਜ਼ ਕੰਸਟੀਟਿਊਟ ਕਰੀ ਜਾਂਦੇ ਨੇ ਇਹਦੇ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਪਿੱਛੇ ਜੇ ਰਫਾਇਲ ਜੱਟ ਦਾ ਰੌਲਾ ਚੱਲਿਆ ਸੀਗਾ ਉਹਦੇ ਲਈ ਇੱਕ ਕਮੇਟੀ ਬਿਠਾਈ ਗਈ ਸੀ ਐਡਹੋਕ ਕਮੇਟੀ ਠੀਕ ਹੈ ਮਤਲਬ ਉਹ ਸਿਰਫ ਉਸੇ ਰਫਾਇਲ ਜਿਹੜਾ ਇਸ਼ੂ ਸੀਗਾ ਉਹਦੇ ਲਈ ਹੀ ਕਮੇਟੀ ਬਿਠਾਈ ਗਈ ਸੀ ਤੇ ਉਹ ਜਦੋਂ ਰੌਲਾ ਖਤਮ ਹੋਇਆ ਠੀਕ ਹੈ ਤਾਂ ਇਹ ਜਿਹੜੇ ਕਮੇਟੀਜ਼ ਹੁੰਦੀਆਂ ਨੇ ਉਹ ਰੌਲੇ ਦੇ ਖਤਮ ਹੋਣ ਤੋਂ ਬਾਅਦ ਮਤਲਬ ਜਦੋਂ ਸਾਰਾ ਮੈਟਰ ਮਤਲਬ ਕੰਪਲੀਟ ਮਤਲਬ ਉਸ ਮੈਟਰ ਸੋਲਵ ਹੋ ਗਿਆ ਤਾਂ ਇਹ ਕਮੇਟੀਜ਼ ਜਿਹੜੇ ਸਿਲੈਕਟ ਕਮੇਟੀਜ਼ ਹੁੰਦੇ ਨੇ ਜਾਂ ਐਡਹੋਕ ਕਮੇਟੀਜ਼ ਹੁੰਦੇ ਨੇ ਇਹ ਆਪਣੇ ਆਪ ਖਤਮ ਹੋ ਜਾਂਦੇ ਨੇ ਯਾਨੀ ਕਿ ਇਟ ਸੀਜ਼ਸ ਟੂ ਐਗਜ਼ਿਸਟ ਉਸ ਤੋਂ ਬਾਅਦ ਆ ਗਿਆ ਫਾਈਨੈਂਸ਼ੀਅਲ ਕਮੇਟੀ ਠੀਕ ਹੈ ਇਹ ਪਾਰਲੀਮੈਂਟ ਦਾ ਇੱਕ ਕਾਫੀ ਇੰਪੋਰਟੈਂਟ ਟੂਲ ਨੇ ਜਿਹੜੇ ਪਾਰਲੀਮੈਂਟ ਜਿਹੜੇ ਫਾਈਨੈਂਸ਼ੀਅਲ ਕਮੇਟੀਜ਼ ਨੇ ਤੇ ਇਹ ਕਾਫੀ ਪਾਵਰਫੁਲ ਹੁੰਦੀਆਂ ਨੇ ਇਹਦੇ 3 ਤਰ੍ਹਾਂ ਦੀ ਫਾਈਨੈਂਸ਼ੀਅਲ ਕਮੇਟੀਜ਼ ਹੁੰਦੇ ਨੇ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਇੱਕ ਹੈਗਾ ਪਬਲਿਕ ਅਕਾਊਂਟ ਕਮੇਟੀ ਤੁਸੀਂ ਦੱਸ ਸਕਦੇ ਹੋ ਜਿਹੜਾ ਪਬਲਿਕ ਅਕਾਊਂਟ ਕਮੇਟੀ ਹੁੰਦੀ ਹੈ ਜਿਹੜੀ ਪੈਕ ਹੁੰਦੀ ਹੈ ਇਹਦਾ ਚੇਅਰਮੈਨ ਕੌਣ ਹੁੰਦਾ ਠੀਕ ਹੈ ਦੂਸਰੀ ਹੈਗੀ ਐਸਟੀਮੇਟ ਕਮੇਟੀ ਠੀਕ ਹੈ ਇਹ ਇਕੱਲੀ ਲੋਕ ਸਭਾ ਦੀ ਹੁੰਦੀ ਹੈ ਉਸ ਤੋਂ ਬਾਅਦ ਆ ਗਈ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਯਾਨੀ ਕਿ CPU ਕਮੇਟੀ ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਪਾਵਰ ਦੀ ਇਹ ਕਮੇਟੀਜ਼ ਆਪਣੇ ਪਾਵਰਸ ਕਿੱਥੋਂ ਜਾਂ ਆਪਣੀ ਅਥਾਰਟੀਜ਼ ਕਿੱਥੋਂ ਡਰਾ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਦਾ ਆਰਟੀਕਲ 105 ਹੈ ਜਿਹਦੇ ਵਿੱਚ ਆਪਾਂ ਨੂੰ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਪ੍ਰਿਵਿਲੇਜਸ ਦਿੱਤੇ ਹੋਏ ਨੇ ਉਸ ਤੋਂ ਇਲਾਵਾ ਅਟਾਰਨੀ ਜਨਰਲ ਹੋ ਗਿਆ ਇਹਨਾਂ ਸਾਰਿਆਂ ਨੂੰ ਮਤਲਬ ਪ੍ਰਿਵਿਲੇਜਸ ਦਿੱਤੇ ਨੇ ਆਰਟੀਕਲ 105 ਦੇ ਵਿੱਚ ਪ੍ਰਿਵਿਲੇਜਸ ਬਾਰੇ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਾ ਚੁੱਕਿਆ ਸੋ ਪਹਿਲਾਂ ਤਾਂ ਇਹ ਆਪਣੇ ਜਿਹੜੇ ਪਾਵਰਸ ਨੇ ਉਹ ਇੱਥੋਂ 100 ਆਰਟੀਕਲ 5 ਤੋਂ ਅਥਾਰਟੀ ਡਰਾ ਕਰਦੇ ਨੇ ਉਸ ਤੋਂ ਬਾਅਦ ਹੈਗਾ ਸੰਵਿਧਾਨ ਦਾ ਆਰਟੀਕਲ 118 ਇਹਦੇ ਵਿੱਚ ਕੀ ਲਿਖਿਆ ਹੈ ਦੇਖੋ ਪਾਰਲੀਮੈਂਟ ਦੇ ਦੋਵੇਂ ਹਾਊਸ ਦੇ ਜਿਹੜੇ ਰੂਲਸ ਆਫ ਪ੍ਰੋਸੀਜਰ ਨੇਗੇ ਮਤਲਬ ਜਿਹੜਾ ਬਿਜ਼ਨਸ ਕੰਡਕਟ ਕਰਨਾ ਪਾਰਲੀਮੈਂਟ ਦੇ ਕੋਈ ਵਿੱਚ ਕੋਈ ਬਿਜ਼ਨਸ ਕੰਡਕਟ ਕਰਨਾ ਉਹਦੇ ਰੂਲਸ ਹੁੰਦੇ ਨੇ ਠੀਕ ਹੈ ਉਹ ਦੋਵੇਂ ਹਾਊਸ ਦੇ ਅਲੱਗ ਨੇ ਲੋਕ ਸਭਾ ਦੇ ਅਲੱਗ ਨੇ ਰਾਜ ਸਭਾ ਦੇ ਅਲੱਗ ਨੇ ਤੇ ਉਹ ਜਿਹੜੇ ਰੂਲਸ ਆਫ ਪ੍ਰੋਸੀਜਰ ਨੇਗੇ ਬਿਜ਼ਨਸ ਮਤਲਬ ਬਿਜ਼ਨਸ ਕੰਡਕਟ ਕਰਨ ਦੇ ਲਈ ਉਹ ਬਣਾਉਣ ਦੀ ਅਥਾਰਟੀ ਕਿਹਦੇ ਕੋਲ ਹੈ ਉਹ ਹੈਗੇ ਜੀ ਪਾਰਲੀਮੈਂਟ ਕੋਲ ਇਹ ਹੈਗਾ ਜੀ ਆਰਟੀਕਲ 118 ਦੇ ਵਿੱਚ ਲਿਖਿਆ ਹੋਇਆ ਸੋ ਇਹਨਾਂ ਆਰਟੀਕਲ ਦੇ ਵਿੱਚੋਂ ਜਿਹੜੀਆਂ ਇਹ ਕਮੇਟੀਜ਼ ਨੇ ਇਹ ਆਪਣੀ ਪਾਵਰਸ ਨੂੰ ਮਤਲਬ ਜਾਂ ਆਪਣੀ ਅਥਾਰਟੀਜ਼ ਨੂੰ ਇਹ ਡਰਾ ਕਰਦੇ ਨੇ ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਕਮੇਟੀ ਦੀ ਸਿਗਨੀਫਿਕੈਂਸ ਕੀ ਹੈ ਦੇਖੋ ਪਾਰਲੀਮੈਂਟਰੀ ਜਿਹੜੇ ਕਮੇਟੀਜ਼ ਹੁੰਦੇ ਨੇ ਪਹਿਲੀ ਗੱਲ ਇਹ ਕੋਈ ਮਤਲਬ ਏਦਾਂ ਤੁੱਕੇ ਨਹੀਂ ਲਾਉਂਦੀਆਂ ਇਹ ਤਰਕ ਦੇ ਆਧਾਰ ਤੇ ਗੱਲ ਕਰਦੇ ਠੀਕ ਹੈ ਇਹ ਪ੍ਰੋਪਰ ਕਿਸੇ ਮੈਟਰ ਦੇ ਉੱਪਰ ਰਿਸਰਚ ਕਰ ਰਹੀਆਂ ਠੀਕ ਹੈ ਵੀ ਉਹ ਮੈਟਰ ਵਾਇਬਲ ਹੈਗਾ ਜਾਂ ਨਹੀਂ ਠੀਕ ਹੈ ਫਿਰ ਹੀ ਉਹ ਜਿਹੜਾ ਮੈਟਰ ਦੇ ਜਿਹੜੇ ਮਤਲਬ ਆਪਣੇ ਵਿਊ
ਇਹਨਾਂ ਨੂੰ ਫਰਜ਼ ਕਰੋ ਪਾਰਲੀਮੈਂਟ ਦੇ ਡਿਸਕਸ਼ਨ ਤੋਂ ਬਾਅਦ ਜਿਹੜਾ ਬਿੱਲ ਇਹਨਾਂ ਨੂੰ ਮਤਲਬ ਜਿਹੜੀ ਇਹ ਕਮੇਟੀਜ਼ ਹੁੰਦੀਆਂ ਨੇ ਇਹਨਾਂ ਦੇ ਕੋਲ ਰੈਫਰ ਕਰ ਦਿੱਤਾ ਜਾਂਦਾ ਤਾਂ ਇਹ ਬਿੱਲ ਜਿਹੜਾ ਵਾਪਸ ਦੁਬਾਰਾ ਰਿਟਰਨ ਕਰਦੇ ਆ ਜਿਹੜੇ ਇਹ ਪਾਰਲੀਮੈਂਟਰੀ ਕਮੇਟੀਜ਼ ਹੁੰਦੇ ਨੇ ਤਾਂ ਉਸ ਬਿੱਲ ਦੇ ਵਿੱਚ ਇਹ ਵੈਲਿਊ ਐਡੀਸ਼ਨ ਕਰਦੇ ਨੇ ਨਾ ਕਿ ਘਾਟਾ ਪਾਉਂਦੀਆਂ ਨੇ ਇਹ ਉਸ ਬਿੱਲ ਦੇ ਵਿੱਚ ਵਾਧਾ ਹੀ ਪਾਉਂਦੇ ਨੇ ਮਤਲਬ ਉਸ ਬਿੱਲ ਨੂੰ ਇੰਪਰੂਵ ਕਰਕੇ ਹੀ ਅੱਗੇ ਭੇਜਦੇ ਨੇ ਠੀਕ ਹੈ ਸੋ ਇੱਕ ਤਾਂ ਇਹਦੀ ਸਿਗਨੀਫਿਕੈਂਸ ਹੋਗੀ ਇਹ ਹੁਣ ਇੱਥੇ ਇੱਕ ਥੋੜਾ ਜਿਹਾ ਲੂਪ ਹੋਲ ਹੈਗਾ ਠੀਕ ਹੈ ਦੇਖੋ ਇਹਨਾਂ ਕਮੇਟੀਜ਼ ਦਾ ਜਿਹੜਾ ਮਤਲਬ ਇਹ ਮਤਲਬ ਵਿਊ ਪੁਆਇੰਟਸ ਰੱਖਦੇ ਨੇ ਠੀਕ ਹੈ ਉਸ ਤੋਂ ਬਾਅਦ ਕੋਈ ਬਿੱਲ ਉੱਪਰ ਵੈਲਿਊ ਐਡੀਸ਼ਨ ਕਰਕੇ ਵਾਪਸ ਭੇਜਦੇ ਨੇ ਬਟ ਪਾਰਲੀਮੈਂਟ ਹੁੰਦੀ ਹੈ ਜਿਹੜੀ ਉਹ ਇਹਨਾਂ ਕਮੇਟੀ ਦੀ ਜਿਹੜੀ ਰਿਕਮੈਂਡੇਸ਼ਨ ਹੁੰਦੀਆਂ ਨੇ ਜਿਹੜੀਆਂ ਇਹ ਆਪਣੇ ਰਿਕਮੈਂਡੇਸ਼ਨ ਦਿੰਦੀਆਂ ਨੇ ਉਹ ਪਾਰਲੀਮੈਂਟ ਦੇ ਉੱਪਰ ਬਾਉਂਡ ਨਹੀਂ ਹੁੰਦੀਆਂ ਮਤਲਬ ਇਹ ਪਾਰਲੀਮੈਂਟ ਦੀ ਮਰਜ਼ੀ ਹੁੰਦੀ ਹੈ ਵੀ ਉਹਨਾਂ ਕਮੇਟੀ ਦੀ ਰਿਕਮੈਂਡੇਸ਼ਨ ਨੂੰ ਮੰਨਣਾ ਜਾਂ ਨਹੀਂ ਮੰਨਣਾ ਇਹ ਉਹਨਾਂ ਦੇ ਉੱਪਰ ਬਾਇੰਡਿੰਗ ਨਹੀਂ ਹੁੰਦਾ ਇਹ ਛੋਟਾ ਜਿਹਾ ਲੂਪ ਹੋਲ ਹੈ ਹੁਣ ਆਪਾਂ ਗੱਲ ਕਰਦੇ ਹਾਂ ਵਾਈ ਡੂ ਦੀਸ ਕਮੇਟੀਜ਼ ਡੂ ਇਹ ਕਮੇਟੀਜ਼ ਕੰਮ ਕੀ ਕਰਦੇ ਨੇ ਸਭ ਤੋਂ ਪਹਿਲਾਂ ਜਿਹੜਾ ਪਾਰਲੀਮੈਂਟ ਦਾ ਕੰਮ ਹੈ ਉਹਨੂੰ ਸਪੋਰਟ ਕਰਦੇ ਨੇ ਇਹ ਆਪਾਂ ਪਿੱਛੇ ਪੜ੍ਹ ਹੀ ਚੁੱਕਿਆ ਉਸ ਤੋਂ ਇਲਾਵਾ ਮਿਨਿਸਟਰੀਜ਼ ਬਜਟ ਹੋ ਗਏ ਠੀਕ ਹੈ ਪਾਰਲੀਮੈਂਟ ਦੇ ਮਤਲਬ ਜਿਹੜੇ ਸਰਕਾਰ ਦੇ ਅਲੱਗ ਅਲੱਗ ਡਿਪਾਰਟਮੈਂਟ ਨੇ ਅਲੱਗ ਅਲੱਗ ਮਿਨਿਸਟਰੀ ਨੇ ਉਹਨਾਂ ਦੇ ਪਰਸਨਲ ਜਿਹੜੇ ਬਜਟ ਨੇਗੇ ਠੀਕ ਹੈ ਉਹਨਾਂ ਸਾਰਿਆਂ ਨੂੰ ਐਗਜ਼ਾਮਿਨ ਕਰਦੇ ਨੇ ਉਸ ਤੋਂ ਇਲਾਵਾ ਡਿਮਾਂਡਸ ਆਫ ਗ੍ਰਾਂਟਸ ਹੋ ਗਏ ਇਹਨਾਂ ਨੂੰ ਕੰਸੀਡਰ ਕਰਦੇ ਨੇ ਉਸ ਤੋਂ ਇਲਾਵਾ ਲੈਜਿਸਲੇਸ਼ਨ ਹੋ ਗਿਆ ਠੀਕ ਹੈ ਜਿਹੜੇ ਬਿੱਲ ਪਾਸ ਕਰਾਉਣੇ ਨੇ ਉਹਨਾਂ ਨੂੰ ਸਕਰੂਟਨਾਈਜ਼ ਕਰਦੇ ਨੇ ਇਸ ਕਮੇਟੀ ਉਸ ਤੋਂ ਇਲਾਵਾ ਕਈ ਬਿੱਲ ਇਹਨਾਂ ਕਮੇਟੀਜ਼ ਨੂੰ ਜਿਹੜਾ ਹਾਊਸ ਦਾ ਪ੍ਰੈਸਾਈਡਿੰਗ ਆਫੀਸਰ ਹੁੰਦਾ ਹੈ ਫੋਰ ਐਗਜ਼ਾਮਪਲ ਰਾਜ ਸਭਾ ਦਾ ਚੇਅਰਮੈਨ ਹੋ ਗਿਆ ਜਾਂ ਲੋਕ ਸਭਾ ਦਾ ਸਪੀਕਰ ਹੋ ਗਿਆ ਉਹ ਵੀ ਇਹਨਾਂ ਕਮੇਟੀਜ਼ ਨੂੰ ਕੋਈ ਬਿੱਲ ਰੈਫਰ ਕਰ ਦਿੰਦੇ ਨੇ ਤੇ ਇਹ ਕਮੇਟੀਜ਼ ਉਹਨਾਂ ਬਿੱਲ ਨੂੰ ਐਗਜ਼ਾਮਿਨ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਐਨੂਅਲ ਰਿਪੋਰਟਸ ਹੋ ਗਏ ਠੀਕ ਹੈ ਦੇਖੋ ਕਈ ਮਹਿਕਮੇ ਮਤਲਬ ਜਿਹੜੇ ਪਾਰਲੀਮੈਂਟ ਨੂੰ ਐਨੂਅਲ ਰਿਪੋਰਟਸ ਸਬਮਿਟ ਕਰਦੇ ਨੇ ਫੋਰ ਐਗਜ਼ਾਮਪਲ ਕੈਗ ਦੀ ਗੱਲ ਕਰਦੇ ਆ ਕੈਗ ਤਿੰਨ ਰਿਪੋਰਟਾਂ ਛਾਪਦਾ ਉਹਨਾਂ ਤਿੰਨ ਚੋਂ ਮਤਲਬ ਦੋ ਰਿਪੋਰਟਾਂ ਦਾ ਇਹ ਪਾਰਲੀਮੈਂਟ ਨੂੰ ਦੇ ਦਿੰਦਾ ਸੌਂਪ ਦਿੰਦਾ ਠੀਕ ਹੈ ਸੋ ਉਹਨਾਂ ਰਿਪੋਰਟਸ ਨੂੰ ਵੀ ਇਹ ਐਨਾਲਾਈਜ਼ ਕਰਦੇ ਨੇ ਠੀਕ ਹੈ ਜਿਹੜੀਆਂ ਐਨੂਅਲ ਰਿਪੋਰਟਸ ਇਹਨਾਂ ਕੋਲ ਆਉਂਦੀਆਂ ਨੇ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਨੈਸ਼ਨਲ ਲੌਂਗ ਬੇਸਿਕ ਲੌਂਗ ਟਰਮ ਡਾਕੂਮੈਂਟ ਹੋ ਗਏ ਦੇਖੋ ਫੋਰ ਐਗਜ਼ਾਮਪਲ ਨੀਤੀ ਆਯੋਗ ਹੋ ਗਈ ਠੀਕ ਹੈ ਉਹ ਵੀ ਆਪਣੇ ਕਈ ਲੌਂਗ ਟਰਮ ਡਾਕੂਮੈਂਟਸ ਮਤਲਬ ਪੇਸ਼ ਕਰਦੇ ਨੇ ਠੀਕ ਹੈ ਉਹਨਾਂ ਨੂੰ ਵੀ ਇਹ ਸਕਰੂਟਨਾਈਜ਼ ਕਰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਵੀ ਇਹ ਆਪਣੀ ਉਹ ਵਿਊ ਪੁਆਇੰਟਸ ਰੱਖਦੇ ਨੇ ਰਿਕਮੈਂਡੇਸ਼ਨ ਦਿੰਦੇ ਨੇ ਉਹਨਾਂ ਮਤਲਬ ਜਿਹੜੀਆਂ ਇਹ ਪਾਰਲੀਮੈਂਟਰੀ ਕਮੇਟੀਜ਼ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਫਾਈਨਲੀ ਇਹਨਾਂ ਕਮੇਟੀਜ਼ ਨੂੰ ਹੋਰ ਇਫੈਕਟਿਵ ਕਿਵੇਂ ਬਣਾਇਆ ਜਾ ਸਕਦਾ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੇ ਪਾਰਲੀਮੈਂਟਰੀ ਕਮੇਟੀਜ਼ ਹੁੰਦੇ ਨੇ ਇਹ ਡੈਡੀਕੇਟਿਡ ਸਬਜੈਕਟ ਵਾਈਜ਼ ਰਿਸਰਚ ਸਪੋਰਟ ਇਹਨਾਂ ਕੋਲ ਅਵੇਲੇਬਲ ਨਹੀਂ ਹੁੰਦੀ ਇਹਦਾ ਮਤਲਬ ਕੀ ਹੈ ਦੇਖੋ ਹੁਣ ਕਿਸੇ ਪਾਰਟੀਕੂਲਰ ਕੋਈ ਟੈਕਨੀਕਲ ਇਸ਼ੂ ਹੈ ਠੀਕ ਹੈ ਉਹਦੇ ਉੱਪਰ ਬਿੱਲ ਪਾਸ ਕਰਾਉਣਾ ਹੈ ਹੁਣ ਦੇਖੋ ਪਾਰਲੀਮੈਂਟ ਜਿਹੜੇ ਮੈਂਬਰ ਨੇਗੇ ਕੋਈ ਉਹਨਾਂ ਚੋਂ ਅਨਪੜ੍ਹ ਹੈ ਕੋਈ ਕਿਵੇਂ ਹੈ ਠੀਕ ਹੈ ਕੋਈ ਉਸ ਫੀਲਡ ਦਾ ਮਤਲਬ ਐਕਸਪਰਟ ਹੈ ਹੀ ਹੋਣੀ ਸੋ ਇਹਨਾਂ ਕਮੇਟੀਜ਼ ਨੂੰ ਇਫੈਕਟਿਵ ਤਾਂ ਬਣਾਇਆ ਸਰ ਵੀ ਇੱਕ ਤਾਂ ਜੇ ਕਿਸੇ ਮੈਟਰ ਦੇ ਉੱਪਰ ਮਤਲਬ ਕੋਈ ਪਾਰਟੀਕੂਲਰ ਮੈਟਰ ਹੈਗਾ ਤਾਂ ਉਹਦੇ ਲਈ ਇਹਨਾਂ ਕਮੇਟੀਜ਼ ਦੇ ਵਿੱਚ ਫੁੱਲ ਟਾਈਮ ਜਾਂ ਉਸ ਸੈਕਟਰ ਦੇ ਸਪੈਸੀਫਿਕ ਜਿਹਦੇ ਸਪੈਸੀਫਿਕ ਕੋਈ ਬਿੱਲ ਪਾਸ ਕਰਾਉਣਾ ਜਿਹਦੇ ਵੀ ਕਾਫੀ ਇੰਪੋਰਟੈਂਸ ਹੈ ਉਹਦੇ ਲਈ ਸਟਾਫ ਇਹਨਾਂ ਕਮੇਟੀਜ਼ ਦੇ ਵਿੱਚ ਚਾਹੀਦਾ ਠੀਕ ਹੈ ਸਭ ਤੋਂ ਪਹਿਲੀ ਤਾਂ ਇਹਨੂੰ ਇਫੈਕਟਿਵ ਬਣਾਉਣ ਦਾ ਰੀਜ਼ਨ ਇਹ ਹੈਗਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਨੈਸ਼ਨਲ ਕਮਿਸ਼ਨ ਟੂ ਰਿਵਿਊ ਦਾ ਵਰਕਿੰਗ ਆਫ ਕਨਸਟੀਟਿਊਸ਼ਨ ਇਹ ਕਮਿਸ਼ਨ ਬਣਿਆ ਸੀਗਾ ਇਹਨੇ ਵੀ ਰਿਕਮੈਂਡੇਸ਼ਨ ਇਹ ਦਿੱਤੀ ਸੀ ਵੀ ਜਿਹੜੀਆਂ ਇਹ ਕਮੇਟੀਜ਼ ਨੇ ਇਹਨਾਂ ਨੂੰ ਰਿਸਰਚ ਜਿਹੜੀਆਂ ਇਹ ਕਰਦੀਆਂ ਨੇ ਉਹਨਾਂ ਦੇ ਲਈ ਮਤਲਬ ਸਰਕਾਰ ਵੱਲੋਂ ਸਪੋਰਟ ਉਹਨਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਰਿਸਰਚ ਸਪੋਰਟ ਉਹਨਾਂ ਨੂੰ ਅਵੇਲੇਬਲ ਕਰਾਈ ਜਾ ਸਕੇ ਤਾਂ ਹੀ ਇਹਨਾਂ ਨੂੰ ਹੋਰ ਇਫੈਕਟਿਵ ਬਣਾਇਆ ਸਕਦਾ ਉਸ ਤੋਂ ਇਲਾਵਾ ਇੱਕ ਹੋਰ ਛੋਟੀ ਜਿਹੀ ਪ੍ਰੋਬਲਮ ਹੈ ਠੀਕ ਹੈ ਦੇਖੋ ਜਿਹੜੇ ਕਰੰਟ ਪਾਰਲੀਮੈਂਟ ਦੇ ਵਿੱਚ ਜਿਹੜੇ ਇਸ ਟਾਈਮ ਰੂਲ ਫੋਲੋ ਕਰੇ ਜਾਂਦੇ ਨੇ ਉਹਦੇ ਵਿੱਚ ਪਾਰਲੀਮੈਂਟ ਕੋਲੇ ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿੰਨੇ ਵੀ ਬਿੱਲ ਉਹਨਾਂ ਨੇ ਪਾਸ ਕਰਾਉਣੇ ਨੇ ਉਹ ਸਾਰੇ ਬਿੱਲ ਉਹ ਇਹਨਾਂ ਕਮੇਟੀਜ਼ ਨੂੰ ਭੇਜਣ ਹੀ ਭੇਜਣ ਇਹ ਕੋਈ ਜ਼ਰੂਰੀ ਨਹੀਂ ਹੈਗਾ ਇਹ ਪਾਰਲੀਮੈਂਟ ਦੀ ਮਰਜ਼ੀ ਹੁੰਦੀ ਹੈ ਠੀਕ ਹੈ ਵੀ ਉਹ ਮਤਲਬ ਲਿਖਿਆ ਹੋਇਆ ਵੀ ਪਾਰਲੀਮੈਂਟ ਡੋਂਟ ਰਿਕੁਆਇਰ ਐਵਰੀ ਬਿੱਲ ਟੂ ਬੀ ਰੈਫਰ ਟੂ ਏ ਪਾਰਲੀਮੈਂਟਰੀ ਕਮੇਟੀ ਫੋਰ ਸਕਰੂਟਨੀ ਮਤਲਬ ਉਹਨਾਂ ਦੀ ਮਰਜ਼ੀ ਹੈ ਕਿਸੇ ਬਿੱਲ ਨੂੰ ਉਹ ਭੇਜਣ ਇਸ ਕਮੇਟੀ ਕੋਲ ਸਕਰੂਟਨੀ ਦੇ ਲਈ ਜਾਂ ਨਾ ਭੇਜਣ ਠੀਕ ਹੈ ਸੋ ਜੇ ਉਹ ਵੈਸੇ ਇਹ ਕਿਹਾ ਗਿਆ ਇਹ ਜੇ ਮੈਂਡੇਟਰੀ ਬਣਾਉਣਾ ਚਾਹੀਦਾ ਵੀ ਜਿੰਨੇ ਵੀ ਬਿੱਲ ਡਿਸਕਸ਼ਨ ਲਈ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਇਹਨਾਂ ਕਮੇਟੀਜ਼ ਕੋਲ ਭੇਜਿਆ ਜਾਵੇ ਸਕਰੂਟਨੀ ਦੇ ਲਈ ਤਾਂ ਕਿ ਇਹ ਉਹਦੇ ਉੱਪਰ ਡਿਟੇਲ ਦੇ ਵਿੱਚ ਉਹਨੂੰ ਸਕਰੂਟਨਾਈਜ਼ ਕਰਨ ਤਾਂ ਕਿ ਜਿਹੜਾ ਲੈਜਿਸਲੇਟਿਵ ਬਿਜ਼ਨਸ ਹੈਗਾ ਆਪਣੇ ਪਾਰਲੀਮੈਂਟ ਦਾ ਉਹਨੂੰ ਹੋਰ ਵੀ ਸਪੀਡ ਅਪ ਕਰਾਇਆ ਸਕੇ ਇੱਦਾਂ ਹੀ ਇਹਨਾਂ ਕਮੇਟੀਜ਼ ਨੂੰ ਹੋਰ ਇਫੈਕਟਿਵ ਬਣਾਇਆ ਸਕਦਾ ਸੋ ਇਹ ਸੀ ਸਾਰਾ ਆਪਣਾ ਅੱਜ ਦਾ ਅਨਾਲਿਸਿਸ ਆਪਣੇ ਵਿਊ ਪੁਆਇੰਟਸ ਤੁਸੀਂ ਵੀ ਰੱਖ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਹੋਰ ਕੀ ਤਰੀਕੇ ਸੋਚ ਸਕਦੇ ਹੋ ਵੀ ਜਿਹਦੇ ਨਾਲ ਇਹਨਾਂ ਕਮੇਟੀਜ਼ ਨੂੰ ਇਫੈਕਟਿਵ ਬਣਾਇਆ ਸਕਦਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਮਿਲਦੇ ਆਪਾਂ ਇੱਦਾਂ ਹੀ ਨਵੇਂ ਨਵੇਂ ਵੀਡੀਓਜ਼ ਦੇ ਨਾਲ ਧੰਨਵਾਦ